ਤੇ ਕਿਸ ਤਰ੍ਹਾਂ ਦੇ ਰੱਖੜੇ ਖਰੀਦ ਰਹੇ ਹੋ? ਮੈਂ ਬਹੁਤ ਫੈਂਸੀ ਰੱਖੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਹੈ, ਬਹੁਤ ਵਧੀਆ ਲੱਗ ਰਹੀ ਹੈ ਇਹ ਤਿਉਹਾਰ। आपसी प्रेम प्यार रवे, मिलवर्तन रवे आपस च, यही बस। बहुत वधिया भरा दी रीझ पूरी करनी भैणा नूं सब नूं हुंदा है, वैसे अपने भरा दे घर जाके अपनी रीझ पूरी करिए। हाँ जी, किन्ना चाह हुंदा इस त्योहार दा? बहुत ज़्यादा, बहुत ही ज़्यादा, साल बाद उड़ीक करीदी इस त्योहार दी। ਇਹ ਤਿਉਹਾਰ ਇੱਕ ਬਹੁਤ ਪਵਿੱਤਰ ਤਿਉਹਾਰ ਹੈ ਅਤੇ ਭੈਣਾਂ ਅਤੇ ਭਰਾਵਾਂ ਦਾ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਹਰ ਸਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤੁਸੀਂ ਆਪਣੇ ਭਰਾ ਦੇ ਲਈ ਕਿਸ ਤਰ੍ਹਾਂ ਦੀ ਰੱਖੜੀ ਖਰੀਦ ਰਹੇ ਹੋ? ਮੈਂ ਆਪਣੇ ਭਰਾ ਵਾਸਤੇ ਸਭ ਤੋਂ ਸੋਹਣੀ ਰੱਖੜੀ ਖਰੀਦਾਂਗੀ, ਜੋ ਕਿ ਉਹਦੇ ਗੁੱਟ 'ਤੇ ਬੰਨੀ ਸੋਹਣੀ ਵੀ ਲੱਗੇ, ਪਰਮਾਤਮਾ ਸਾਡਾ ਐਵੇਂ ਪਿਆਰ ਬਣਾਈ ਰੱਖੇ। ਸਭ ਤੋਂ ਪਹਿਲਾਂ ਵਧਾਈਆਂ ਸਾਰਿਆਂ ਨੂੰ ਰੱਖੜੀ ਦੀਆਂ, ਬਹੁਤ ਬਹੁਤ ਭੈਣਾਂ ਦਾ ਤਿਉਹਾਰ ਹੈ ਜੀ, ਅਤੇ ਰੱਖੜੀ ਦੇ ਤਿਉਹਾਰ 'ਤੇ ਸਪੈਸ਼ਲ ਘਿਓਰ ਬਣਦਾ ਦੇਸੀ ਘੀ ਵਾਲਾ, ਅਤੇ ਬਾਕੀ ਹੋਰ ਮਿਠਾਈਆਂ ਗਾਜਰ ਪਾਕ ਜਿਵੇਂ ਹੁੰਦਾ, ਪੁੰਨੀ ਬਰਫੀ ਹੋ ਗਈ, ਡਰਾਈ ਕੇਕ ਵਗੈਰਾ, ਹੋਰ ਸਾਰਾ ਕੁਝ ਚੱਲਦਾ ਹੈ, ਅਤੇ ਸਾਰੀਆਂ ਜਿਵੇਂ ਭੈਣਾਂ ਦੀਆਂ ਹੁਮਾਂ ਮਾ ਕੇ ਉਹਨਾਂ ਨੂੰ ਸਪੈਸ਼ਲ ਪਿਓਰਟੀ ਦੇ ਉੱਤੇ ਜ਼ਿਆਦਾ ਜ਼ੋਰ ਦੇਈਦਾ ਜੀ, ਹਾਂ ਸਾਰਾ ਕੁਝ ਤਿਆਰ ਹੁੰਦਾ। ਹਾਂਜੀ, ਬਾਹਰ ਜਿਵੇਂ ਪੁੰਨੇ ਖੋਏ ਦੀ ਬਰਫੀ ਹੋ ਗਈ, ਕੇਵਰ ਹੋ ਗਿਆ, ਇਹ ਸਪੈਸ਼ਲ ਡਿਮਾਂਡ ਹੁੰਦੀ ਹੈ, ਜਾਂਦਾ ਜੀ ਫਿਰ ਬਾਹਰ ਤਾਂ ਕਰਕੇ। ਕਿਹੜੇ ਕਿਹੜੇ ਦੇਸ਼ਾਂ ਜਾ ਰਹੀ? ਕੈਨੇਡਾ, ਅਮਰੀਕਾ ਜੀ, ਆਸਟ੍ਰੇਲੀਆ। ਅਤੇ ਕਿਸ ਤਰ੍ਹਾਂ ਰੱਖੜੀਆਂ ਖਰੀਦ ਰਹੇ ਹੋ? ਮੈਂ ਬਹੁਤ ਫੈਂਸੀ ਰੱਖੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਹੈ, ਬਹੁਤ ਵਧੀਆ ਲੱਗ ਰਹੀ ਹੈ ਇਹ ਤਿਉਹਾਰ। ਆਪਣੇ ਭਰਾ ਵਾਸਤੇ ਲੈ ਕੇ ਜਾ ਰਹੀ ਹੈ ਰੱਖੜੀਆਂ, ਭਰਾਵਾਂ ਵਾਸਤੇ, ਸਾਰਿਆਂ ਵਾਸਤੇ। ਕੀ ਕਾਮਨਾ ਕਰਦੇ ਹੋ ਅੱਜ ਕੇ ਦਿਨ ਭੈਣੇ ਭਰਾ ਵਾਸਤੇ? ਕਿ ਬਸ ਕਿ ਲੰਬੀਆਂ ਉਮਰਾਂ ਬਖਸ਼ੇ, ਭਰਾਵਾਂ ਨੂੰ ਤਰੱਕੀਆਂ ਬਖਸ਼ੇ। ਕੀ ਸੁਨੇਹਾ ਦਿੰਦਾ ਹੈ ਇਹ ਰੱਖੜੀ ਦਾ ਤਿਉਹਾਰ ਜਿਹੜਾ ਹੈ? ਰੱਖੜੀ ਕਿ ਆਪਸੀ ਪ੍ਰੇਮ ਪਿਆਰ ਰਵੇ, ਮਿਲਵਰਤਨ ਰਵੇ ਆਪਸ ਚ, ਇਹੀ ਬਸ। ਤਿਉਹਾਰ ਇੱਕ ਬਹੁਤ ਪਵਿੱਤਰ ਤਿਉਹਾਰ ਹੈ ਅਤੇ ਭੈਣਾਂ ਅਤੇ ਭਰਾਵਾਂ ਦਾ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਹਰ ਸਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤੁਸੀਂ ਆਪਣੇ ਭਰਾ ਦੇ ਲਈ ਕਿਸ ਤਰ੍ਹਾਂ ਦੀ ਰੱਖੜੀ ਖਰੀਦ ਰਹੇ ਹੋ? ਮੈਂ ਆਪਣੇ ਭਰਾ ਵਾਸਤੇ ਸਭ ਤੋਂ ਸੋਹਣੀ ਰੱਖੜੀ ਖਰੀਦਾਂਗੀ, ਜੋ ਕਿ ਉਹਦੇ ਗੁੱਟ 'ਤੇ ਬੰਨੀ ਸੋਹਣੀ ਵੀ ਲੱਗੇ, ਪਰਮਾਤਮਾ ਸਾਡਾ ਐਵੇਂ ਪਿਆਰ ਬਣਾਈ ਰੱਖੇ। ਸਭ ਤੋਂ ਪਹਿਲਾਂ ਵਧਾਈਆਂ ਸਾਰਿਆਂ ਨੂੰ ਰੱਖੜੀ ਦੀਆਂ, ਬਹੁਤ ਬਹੁਤ ਭੈਣਾਂ ਦਾ ਤਿਉਹਾਰ ਹੈ ਜੀ, ਅਤੇ ਰੱਖੜੀ ਦੇ ਤਿਉਹਾਰ 'ਤੇ ਸਪੈਸ਼ਲ ਘਿਓਰ ਬਣਦਾ ਦੇਸੀ ਘੀ ਵਾਲਾ, ਅਤੇ ਬਾਕੀ ਹੋਰ ਮਿਠਾਈਆਂ ਗਾਜਰ ਪਾਕ ਜਿਵੇਂ ਹੁੰਦਾ, ਪੁੰਨੀ ਬਰਫੀ ਹੋ ਗਈ, ਡਰਾਈ ਕੇਕ ਵਗੈਰਾ, ਹੋਰ ਸਾਰਾ ਕੁਝ ਚੱਲਦਾ ਹੈ, ਅਤੇ ਸਾਰੀਆਂ ਜਿਵੇਂ ਭੈਣਾਂ ਦੀਆਂ ਹੁਮਾਂ ਹੁਮਾ ਕੇ ਉਹਨਾਂ ਨੂੰ ਸਪੈਸ਼ਲ ਪਿਓਰਟੀ ਦੇ ਉੱਤੇ ਜ਼ਿਆਦਾ ਜ਼ੋਰ ਦੇਈਦਾ ਜੀ, ਹਾਂ ਸਾਰਾ ਕੁਝ ਤਿਆਰ ਹੁੰਦਾ। ਹਾਂਜੀ, ਬਾਹਰ ਜਿਵੇਂ ਪੁੰਨੇ ਖੋਏ ਦੀ ਬਰਫੀ ਹੋ ਗਈ, ਕੇਵਰ ਹੋ ਗਿਆ, ਇਹ ਸਪੈਸ਼ਲ ਡਿਮਾਂਡ ਹੁੰਦੀ ਹੈ, ਜਾਂਦਾ ਜੀ ਫਿਰ ਬਾਹਰ ਤਾਂ ਕਰਕੇ। ਕਿਹੜੇ ਕਿਹੜੇ ਦੇਸ਼ਾਂ ਜਾ ਰਹੀ? ਕੈਨੇਡਾ, ਅਮਰੀਕਾ ਜੀ, ਆਸਟ੍ਰੇਲੀਆ।